هذا الساعه وفي كل ساعه من ساعات الليل والنهار وليا وحفظا وقائدا وناصرا ودليلا وإن حتى تسكنه ارضك طوعا وتمتعه فيها طويلا. مالک اللہ اس عظیم عبادت نو اپنی بارگاہ وچ قبول تے منظور فرما. بانی مجلس چاچا سلیم اختر شاہ صاحب دی فرشدہ وچ ہائی مالک قبول تے منظور فرما. حسین بادشاہ دے اجڑے او گھراں دا صدقہ مالک اس ویڑے نو تا قیامت تائیں آباد ارشاد فرما. بابا سلیم اختر شاہ صاحب دے بچیاں دی مالک زندگی دراز فرما. میرا مالک اللہ انہاں دے خاندان دے جتنے مرحومین اس جہان فانی تو ٹر گئے مالک انہاں دے درجات بلند فرما. میرا مالک اللہ بالخصوص چاچا سلیم اختر شاہ دے والدین مرحومین دے مالک درجات بلند فرما. مرحوم و مغفور نعیم عباس دے مالک درجات بلند فرما. جڑے مومن بیمار ہیں بیمار کربلا دی بیماری دے صدقہ مالک صحت سلامتی عطا فرما. بالخصوص چاچا سلیم اختر شاہ نو مالک صحت سلامتی عطا فرما. جڑے مومن بے اولاد ہیں مالک جھولیاں آباد فرما. میرا مالک اللہ اس وقت تک کسے مومن نو موت نہ دے جب تک بھین بھراواں دی زواری نہ کر سکے. ساڈی لکھن دی ایک دعا ہے وارث حقیقی حجت خدا امام زمن دے ظہور اچ مالک تاجین فرما. اللہم صلی علی محمد و آل محمد. عدیل عباس تھوڑی آواز دیں بالکل. صلوات دا پڑھنا عظیم عبادت ہے. اچھی آواز نال صلوات پڑھو. اعوذ باللہ من الشیطان اللعین الرجیم. بسم اللہ الرحمن الرحیم. صلوات الحمد لله رب العالمين والعاقبة للمتقين والجنة للمؤمنين. صلوات صلوات و سلام على من كان نبيا وآدم بين الماء والتين. صلوات آذان دے بعد نمازی سید. بسم اللہ میں نوکر ہوں. آذان دے بعد نمازی سید میں بسم اللہ کروں. آذان دے بعد نمازی سید کیتا شام دے وچ اعلان سیدہ دے میری چون سالاں دی بہن ہائی لوگو جڑی مر گئی وچ. مزہ مزہ میں نوکر بابا میں لکھ دفعہ بسم اللہ کر بسم اللہ کراں. سیداں جھولی چا کے دعا پی دینا جڑا حسین دی دھی دی غربت تے روندا بیٹھا ہے سلا اپنے دکھاں چ نہ روے دعا منگی کرو شلا کسے دی دھی دکھی نہ ہوئے پتراں باجو تن نبھویندی ہیں دھیاں باجو نہیں نبھدی. آزان دے بعد نمازی سیاد
ਕੀਤਾ ਸ਼ਾਮ ਦੇ ਵਿੱਚ ਲਾਣੇ ਸੈਯਦਾ ਦੇ ਮੇਰੀ ਚੌਂਸਲਾਂ ਦੀ ਆਏ ਭੈਣ ਹੈ ਲੋਗੋ ਜਿਹੜੀ ਮਰ ਗਈ ਵਿੱਚ ਜ਼ਿੰਦਾ ਨੇ ਰੋਣਾ ਹੀ ਤਾਂ ਮੇਰੇ ਪਾਸੇ ਵੇਖੇ ਸੈਯਦਾ ਦੇ ਹੁੰਦਾ ਕੋਈ ਨਹੀਂ ਮਈਆ ਚਮਣ ਵਾਲਾ ਅਸੀਂ ਹਾਂ ਤੁਹਾਡੇ ਮਹਿਮਾਨ ਕੋਈ ਆਲ ਸ਼ਰੀਕ ਜਨਾਜ਼ੇ ਹੋਵੇ ਮੈਦਾ ਥੀ ਗਿਆ ਬਹੁ ਮਜ਼ਾ ਬਿਸਮਿਲ੍ਲਾ ਜੀ ਜੀ ਮੈਂ ਹਜ਼ਾਰ ਦਫ਼ਾ ਖਾਂ ਬਿਸਮਿਲ੍ਲਾ ਕਰਾਂ ਇਨਸ਼ਾਅੱਲਾ ਹੁਸੈਨ ਦੀ ਧੀਰਾ ਜੀ ਵਜੇ ਇਨਸ਼ਾਅੱਲਾ ਬਚੜੇ ਜੀ ਨੀ ਮਾਂ ਹੁਸੈਨ ਦੀ ਇਨਸ਼ਾਅੱਲਾ ਕਿਸੇ ਦਾ ਮੁਹਤਾਜ ਨਾ ਕਰਨੇ ਇੰਨੇ ਹੱਕ ਕੇ ਮੁਕਾਣ ਦੇਵਣ ਬਿਸਮਿਲ੍ਲਾ ਕਰਾਂ ਅਜ਼ਾਨ ਦੇ ਬਾਅਦ ਨਮਾਜ਼ੀ ਸੈਯਦ ਕੀਤਾ ਸ਼ਾਮ ਦੇ ਵਿੱਚ ਲਾਣੇ ਸੈਯਦਾ ਦੇ ਮੇਰੀ ਚੌਂਸਲਾਂ ਦੀ ਭੈਣ ਹਾਈ ਲੋਗੋ ਜਿਹੜੀ ਮਰ ਗਈ ਵਿੱਚ ਜ਼ਿੰਦਾ ਲੈ ਸੈਯਦਾ ਦੇ ਹੁੰਦਾ ਕੋਈ ਨਹੀਂ ਮਈਆ ਚਮਾਵਣ ਵਾਲਾ ਅਸੀਂ ਹਾਂ ਤੁਹਾਡੇ ਮਹਿਮਾਨ ਕੋਈ ਆਣ ਸ਼ਰੀ ਆਇਓ ਤੁਹਾਡੀ ਗੁਰਬਾਤ ਕੋਈ ਆਣ ਸ਼ਰੀਕ ਜਨਾਜ਼ੇ ਹੋਵੇ ਮੈਦਾ ਥੀ ਗਿਆ ਬਹੁ ਅੱਛਾ ਅਜ਼ਾਨ ਦੇ ਬਾਅਦ ਨਮਾਜ਼ੀ ਸੈਯਦ ਕੀਤਾ ਸ਼ਾਮ ਦੇ ਵਿੱਚ ਲਾਣੇ ਸੈਯਦਾ ਦੇ ਮੇਰੀ ਚੌਂਸਲਾਂ ਦੀ ਭੈਣ ਹੈ ਲੋਗੋ ਜਿਹੜੀ ਮਰ ਗਈ ਵਿੱਚ ਜ਼ਿੰਦਾ ਲੈ ਸੈਯਦਾ ਦੇ ਹੁੰਦਾ ਕੋਈ ਨਹੀਂ ਮਈਆਤ ਚਮਾਵਣ ਵਾਲਾ ਅਸੀਂ ਹਾਂ ਮਹਿਮਾਨ ਕੋਈ ਆਣ ਸ਼ਰੀਕ ਜਨਾਜ਼ੇ ਹੋਵੇ ਐਡਾ ਥੀ ਗਿਆ ਬਹੁ ਤੁਹਾਡੀ ਮੁਹੱਬਤ ਨੂੰ ਵੇਖ ਤੇ ਬਾਬਾ ਜੀ ਇੱਕ ਹੋਰ ਦੁੱਖ ਰਮਾਇਣ ਹੁਸੈਨ ਦੀ ਧੀ ਦਾ ਕਰਨਾ ਚਾਹਨਾ ਜਿਹੜੇ ਧੀਆਂ ਵਾਲੇ ਸ਼ਰੀਫ ਲੋਕ ਬੈਠੇ ਬਿਸਮਿਲ੍ਲਾ ਕਰਾ ਚਾਇਆ ਮਈਅਤ ਸਜਾਦ ਸਕੀਨਾ ਇਵੇਂ ਲਿਖਿਆ ਹੈ ਉਲਮਾਵਾਂ ਪਈਆਂ ਘਾਸ ਕੜੀਆਂ ਦੇ ਚੁੰਮਦੀਆਂ ਹਨ ਵੋ ਅਕਬਰ ਦੀਆਂ ਫੁੱਫੀਆਂ ਮਾਵਾਂ ਪੜਦਾ ਪੀਆਂ ਬਾਕਿਰ ਦੇ ਪਿਓ ਦੀ ਆਮ ਗੁਰਬਤ ਦਾ ਤੇ ਮੈਂ ਕਿਹੜਾ ਹਾਲ ਸੁਣਾਵਾ ਵੱਡਾ ਪੁੱਛਦੇ ਪਿਓ ਦੇ ਕਾਤਲ ਤੂੰ ਕਿੱਥੋਂ ਭੈਣ ਦੀ ਖਬਰ ਅੱਲਾ ਬਹੁਤ ਕਰੋ ਮੌਲਾ ਤੁਹਾਡੀ ਮੁਖਾਣ ਕਬੂਲ ਫਰਮਾਵੇ ਬਤੂਲ ਦੀਆਂ ਧੀਆਂ ਤੁਹਾਡੇ ਉੱਤੇ ਰਾਜ਼ੀ ਵੰਜਨ ਬਸ ਤੁਹਾਡੀ ਤਵੱਜੋ ਹੋ ਗਈ ਜਬ ਕਰਵਟ ਬਦਲਤੀ ਥੀ ਤੋ ਦੁੱਖ ਜਾਤੇ ਥੇ ਕਾਨ ਜਬ ਕਰਵਟ ਬਦਲਤੀ ਥੀ ਤੋ ਦੁੱਖ ਜਾਤੇ ਥੇ ਕਾਨ ਜਬ ਤਲਕ ਜ਼ਿੰਦਾ ਰਹੀ ਸੋਨੇ ਸੇ ਘਮਰਾਤੀ ਰਹੀ ਬਿਸਮਿਲ੍ਲਾ ਕਰਾਂ ਮੈਂ ਨਾ ਕਰਾਂ ਅੱਛਾ ਜੀ ਬਿਸਮਿਲ੍ਲਾ ਕਰਾਂ ਜਬ ਕਰਵਟ ਬਦਲਤੀ ਥੀ ਤੋ ਦੁੱਖ ਜਾਤੇ ਥੇ ਕਾਨ ਜਬ ਤਲਕ ਜ਼ਿੰਦਾ ਰਹੀ ਸੋਨੇ ਸੇ ਘਬਰਾਤੀ ਰਹੀ ਮਾਤਮੀਓ
ਮੈਂ ਅਬਾਸ ਦੇ ਅਲਮ ਦੀ ਕਸਮ ਹੈ, ਬੂ ਮਾਰਿਆ ਨੇ ਮੁਸਲਮਾਨਾ ਹੁਸੈਨ ਦੀ ਧੀ ਨੂੰ, ਬੂ ਮਾਰਿਆ ਨੇ ਮੁਸਲਮਾਨਾ ਹੁਸੈਨ ਦੀ ਧੀ ਨੂੰ। ਜਦੋਂ ਬਾਬਾ ਜੀ ਬੱਚੇ ਨੂੰ ਮਾਰਿਆ ਜਾਵੇ ਨਾ, ਤੇ ਬੱਚਾ ਕੋਸ਼ਿਸ਼ ਕਰੇਂਦਾ ਜੋ ਮੈਂ ਆਪਣਾ ਚਿਹਰਾ ਛੁਪਾਵਾਂ। ਸਮਝ ਗਏ ਹੋ? ਕਿਸਮਤ ਹੁਸੈਨ ਦੀ ਧੀ ਦੀ, ਜਦਣ ਪਿਓ ਦਾ ਕਾਤਿਲ ਮਾਰਿਆ ਹੁਸੈਨ ਦੀ ਧੀ ਦੇ ਹੱਥ ਤਪਾ ਬੰਦ ਆਏ, ਰੋ ਰੋ ਕੇ ਆਦੀ ਆਈ ਸਜਾਦ ਵੀਰ ਇਸ ਨੂੰ ਆਖ ਮਾਰੇ ਸਹੀ ਪਰ ਮਨ ਮੂੰਹ ਤੇ ਲਵੇ। ਇਸ ਨੂੰ ਆਖ ਮਾਰੇ ਸਹੀ ਪਰ ਮਨ ਮੂੰਹ ਤੇ ਨਾ ਮਾਰੇ। ਕਿਬਲਾ ਦੋ ਸੀਨਾ ਤੇ ਸਮਝੀ ਆਈ ਹੁਸੈਨ ਦੀ ਧੀ, ਬਾਬੇ ਹੁਸੈਨ ਦੇ ਸੀਨੇ ਤੇ, ਅਕਬਰ ਭਰਾ ਦੇ ਸੀਨੇ ਤੇ। ਮਦੀਨੇ ਤੋਂ ਲੈ ਕੇ ਕਰਬਲਾ ਤੱਕ ਹੁਸੈਨ ਦੀ ਧੀ ਜਦਣ ਸਾਹਮਣਾ ਹੋਇਆ, ਜਾਂ ਪਿਓ ਦੇ ਸੀਨੇ ਤੇ ਸਮਝੀ ਆਈ ਜਾਂ ਅਕਬਰ ਭਰਾ ਦੇ ਸੀਨੇ ਤੇ ਆਏ ਤਾਂ ਰੋਵਣ ਬੈਠਿਓ। ਤੁਹਾਡੇ ਕੋਲ ਪੁੱਛਦਾ ਸ਼ਾਮੇ ਗਰੀਬਾਂ ਦੀ ਰਾਤ ਹੁਸੈਨ ਦੀ ਧੀ ਕਿਵੇਂ ਸੁਤੀ? ਰੋ ਰੋ ਕੇ ਪਈ ਆਦੀ ਬਾਬਾ ਨਾ ਤੂੰ ਲੱਭਦਾ ਹੈ ਨਾ ਅਕਬਰ ਲੱਭਦਾ ਹੈ। ਬਾਬਾ ਮੈਂ ਕੁ ਦੱਸਿਆ ਯਤੀਮ ਮਿੱਟੀਆਂ ਤੇ ਕਿਵੇਂ ਸਮਝਣ? ਲੂਝਾ ਵਹਿਣ ਕਰਕੇ ਪਈ ਆਦੀ ਹੈ ਬਾਬਾ ਤੇਰੇ ਕਾਤਲਾਂ ਦੀਆਂ ਧੀਆਂ ਨਰਮ ਤਕੀਏ ਬਣਾ ਕੇ ਸੁੱਤੀਆਂ ਪਈਆਂ। ਬਾਬਾ ਮੇਰੇ ਕੰਨ ਦੁਖਦੇ ਨੇ, ਮੈਂ ਲਿੱਟਣ ਤੇ ਨਿੰਦਰ ਨਹੀਂ ਆਉਂਦੀ। ਅੱਲਾ ਜਾਣੇ ਕਿਹੜਾ ਹੱਥ ਉਸ ਜਿਹੜੇ ਸੀਨੇ ਤੇ ਨਾ ਸੀ। ਤੀਸਰਾ ਵੈਣ ਭਾਈ ਜਾਨ ਹੁਸੈਨ ਦੀ ਧੀ ਇਹੋ ਜਿਹਾ ਕੀਤਾ ਹੈ। ਰੋ ਰੋ ਕੇ ਪਈ ਆਦੀ ਹੈ ਬਾਬਾ ਮੈਂ ਤੈਂ ਜੈ ਸਖੀ ਪਿਓ ਦੀ ਧੀ ਆ ਮੁਝੇ ਮੰਗ ਲੈਂਦਾ। ਬੜਾ ਅਮੀਰ ਬੰਦਾ ਹੈ ਜੇ ਸਹਾਇ ਨਹੀਂ ਕੀਤੀ। ਮੈਂ ਤੈਂ ਜੈ ਸਖੀ ਪਿਓ ਦੀ ਧੀ ਆ ਮੁਝੇ ਮੰਗ ਲੈਂਦਾ ਤਾਂ ਮੈਂ ਲਹਾ ਕੇ ਦੇ ਛੋੜਾ। ਬਾਬਾ ਇਸ ਜ਼ੁਲਮ ਨਾਲ ਮੇਰੇ ਦੁਰ ਲਹਾਏ ਅਜੇ ਤਾਈਂ ਮੇਰੇ ਕੰਨਾਂ ਚੋਂ ਰੱਤ ਨਹੀਂ ਰੁਕਦੀ। ਬਿਸਮਿਲ੍ਲਾਹ ਅਜੇ ਤਾਈਂ ਮੇਰੇ ਕੰਨਾਂ ਚੋਂ ਰੱਤ ਨਹੀਂ ਰੁਕਦੀ। ਔਰ ਤਾਰੀਖਾਂ ਪੜ੍ਹ ਕੇ ਵੇਖੋ ਖਾਂਜੀ ਕਰਬਲਾ ਤੋਂ ਲੈ ਕੇ ਸ਼ਾਮ ਤੱਕ ਬਾਬਾ ਜੀ ਹੁਸੈਨ ਦੀ ਧੀ ਕੁਨਿੰਦਰ ਨਹੀਂ ਆਈ। ਬਾਬੇ ਦਾ ਸਰ ਨੇਜ਼ੇ ਤੇ ਦੇਖਿਆ। ਬਿਸਮਿਲ੍ਲਾਹ ਕਰਾਂ ਮੁਸਲਮਾਨਾਂ ਸਾਹਮਣ ਹੀ ਨਹੀਂ ਦਿੱਤਾ ਹੁਸੈਨ ਦੀ ਧੀ ਨੂੰ। ਬਾਬੇ ਦਾ ਸਰ ਨੇਜ਼ੇ ਤੇ ਦੇਖਿਆ ਤਾਂ ਨੇਜ਼ੇ ਦੀ ਰੁੜੇ ਦੀ ਰਾਂਦੀ ਆਈ। ਸਰ ਸੰਦੂਕ ਚ ਰੱਖੇ ਨਾ ਤਾਂ ਸੰਦੂਕ ਦੀ ਰੁੜੇ ਦੀ ਰਾਂਦੀ ਆਈ। ਹੋਵੇ ਸ਼ੀਆ ਤੇ ਹਾਏ ਨਾ ਕਰੇ ਦੁੱਖ ਲੱਗੀ ਸੰਦੂਕ ਚ ਕੱਢ ਕੇ ਕਹੇ ਪੌੜੀ ਤੇ ਰੱਖੇ ਨਾ। ਬਿਸਮਿਲ੍ਲਾਹ ਮੈਂ ਨੌਕਰ ਹਾਂ, ਬਿਸਮਿਲ੍ਲਾਹ ਕਰਾਂ ਸੰਦੂਕ ਚ ਕੱਢ ਕੇ ਕਹੇ ਪੌੜੀ ਤੇ ਰੱਖੇ ਨਾ ਤਾਂ ਪੌੜੀ ਦੀ ਰੁੜੇ ਦੀ ਰਾਂਦੀ ਆਈ। ਬਾਬਾ ਜੀ ਸ਼ਾਮ ਦੇ ਬਾਜ਼ਾਰ ਚ ਅਲੀ ਦੀਆਂ ਧੀਆਂ ਨੂੰ 15 ਅਜ਼ਾਨਾਂ ਮਿਲੀਆਂ, 72 ਘੰਟਾ ਬਣਦਾ ਫੁੱਫੀਆਂ ਦੇ ਰੱਲੇ ਖੜੀ ਰਹੀਏ ਭਾਵੇਂ ਜੋ ਪੈਰ ਚੈਂਦੀ ਰੱਖਦੀ ਹਾਈ ਫੁੱਫੀਆਂ ਕੋ ਕੁਝ ਨਾ ਯਾਦੀ। ਕਹਿ ਕਹਿ ਵੇਲੇ ਫਿਰਾ ਦਾ ਦਮ ਨਪਕਿਆ ਦੀ ਸਜਾਦ ਵੀਰ ਤੂੰ ਤਾਂ ਨਹੁੰ ਥੱਕ ਪਿਆ। ਕਿਹੜੀ ਹੌਸਲੇ ਵਾਲੀ ਭੈਣ ਏ ਜਿਹੜੀ ਹਰ ਮੋੜ ਤੇ ਫਿਰਾ ਨੂੰ ਤਸੱਲੀਆਂ ਦੇਂਦੀ ਗਈ। ਜ਼ਿੰਦਾਨ ਉਹ ਮਿਲਿਆ ਜਾਂਦੀ ਛੱਤ ਕੋਈ ਨਾ ਆਈ। ਏਡੇ ਦੁੱਖੇ ਸਵਾਲ ਕਰਿਆ ਹੁਸੈਨ ਦੀ ਧੀ ਔਰ ਮਿੰਬਰ ਗਵਾਏ ਬਾਬਾ ਜੀ ਮਾਸੂਮਾਂ ਦੇ ਸਵਾਲਾਂ ਨੇ ਸੱਜਾਦ ਦੀ ਦਾੜੀ ਸਫੈਦ ਕਰ ਛੋੜੀ। ਏਡੇ ਦੁੱਖੇ ਵਹਿਣ ਕਰਿਆ ਏਡੇ ਦੁੱਖੇ ਸਵਾਲ ਕਰਿਆ ਰੋ ਰੋ ਕੇ ਆਖਿਆ ਸੱਜਾਦ ਵੀਰ ਇਹ ਜਿਹੜੇ ਸੁਬੋ ਦੇ ਟਾਈਮ ਪੱਖੀ ਵਹਿੰਦੇ ਨੇ ਵਾਹ ਭਾਈ ਵਾਹ ਤੁਹਾਡੀ ਮਾਰਫਤ ਨੂੰ ਸਲਾਮ ਹੈ ਯਾਰ ਇੰਨੇ ਹੱਕੇ ਮੁੱਖ ਬਿਸਮਿਲ੍ਲਾ ਇਹ ਜਿਹੜੇ ਸੁਬੋ ਦੇ ਟਾਈਮ ਪੱਖੀ ਵਹਿੰਦੇ ਨੇ ਇਹ ਕਿਨ ਵਹਿੰਦੇ ਨੇ? ਸਜਾਦ ਆਖਿਆ ਸਕੀਨਾ ਭੈਣ ਆਪਣੀ ਰੋਜ਼ੀ ਦੀ ਤਲਾਸ਼ ਦਿਓ। ਜਦਣ ਪੱਖੀ ਵੱਲੇ ਨਾਲ ਵਿਰਾ ਦੇ ਜ਼ੰਜੀਰ ਚੁੰਕਿਆ ਆਖਿਆ ਸਜਾਦ ਵੀਰ ਹੁਣ ਪੱਖੀ ਕਿਨ ਪਏ ਵਹਿੰਦੇ ਨੇ? ਸਜਾਦ ਆਖਿਆ ਸਕੀਨਾ ਭੈਣ ਹੁਣ ਆਪਣੇ ਵਤਨਾਂ ਤੋਂ ਵੱਲੇ ਵਹਿੰਦੇ ਨੇ।
ਅੱਲਾ ਜਾਣੇ ਕਿਹੜਾ ਹੱਥ ਹੋ ਸੀ ਜਿਹੜਾ ਸੀਨੇ ਤੇ ਨਾ ਸੀ, ਹੁਣ ਆਪਣੇ ਵਤਨਾਂ ਤੋਂ ਵੱਲੇ ਪੈਂਦੇ ਨੇ। ਫਿਰ ਰਾਤ ਜ਼ੰਜੀਰ ਚੁੰਮ ਕੇ ਆਖਿਆ ਸੱਜਾਦ ਵੀਰ, ਕਦੀ ਉਹੀ ਵੇਲਾ ਸੀ ਜੋ ਅਸੀਂ ਵਤਨਾਂ ਤੇ ਵੱਲ ਹੋਏ ਸੀ। ਭੈਣ ਦਾ ਸਰ ਚੁੰਮ ਕੇ ਆਖਿਆ, ਹਰ ਕੈ ਮੰਨਣਾ ਹੈ ਇੱਕ ਤੈ, ਹਰ ਕੈ ਮੰਨਣਾ ਹੈ ਇੱਕ ਤੈ ਨਹੀਂ, ਬਿਸਮਿਲ੍ਲਾ ਕਰ ਭਲਾ ਵੀ ਹਾਏ ਕਰਕੇ ਰੋਵਾਂ ਜੀ ਮੈਂ ਨੌਕਰਾਂ। ਸੱਯਦ ਆਖਿਆ, ਮਾਸੂਮਾ ਭੈਣ ਹਰ ਕੈ ਵੱਲਣਾ ਹੈ ਇੱਕ ਤੈ ਨਹੀਂ ਵੱਲਣਾ। ਵਤ ਰੋ ਰੋ ਕੇ ਆਖਿਆ, ਸੱਜਾਦ ਵੀਰ ਕਿਆ ਸ਼ਾਮ ਵਿੱਚ ਹਵਾ ਨਹੀਂ ਘੁਲਦੀ? ਸੱਯਦ ਆਖਦਾ, ਘੁਲਦੀ ਤਹੇ ਪਰ ਜਿੱਥਾ ਸਕੈਦਾਂ ਇੱਥਾਂ ਲੱਗਦੀ, ਜਿੱਥਾ ਸਕੈਦਾਂ ਇੱਥਾਂ ਲੱਗਦੀ। ਏਡੇ ਦੁੱਖੇ ਸਵਾਲ ਕਰਿਆ, ਏਡੇ ਦੁੱਖੇ ਵਹਿਣ ਕਰਿਆ, ਸ਼ਾਮ ਦੀਆਂ ਦੀਵਾਰ ਹਲ ਵੰਜਣਾ। ਇਸ ਕਮੀਨੇ ਸਿਪਾਹੀ ਨੂੰ ਹੁਕਮ ਦਿੱਤਾ ਹੈ, ਵੰਜ ਸੱਜਾਦ ਨੂੰ ਮੇਰੇ ਦਰਬਾਰ ਵਿੱਚ ਬੁਲਾ ਕੇ ਖੇਨਾ। ਦੋਹੇ ਪਿਓ ਪੁੱਤਰ ਤੁਰਦੇ ਹੋਏ ਦਰਬਾਰ ਵਿੱਚ ਆਏ ਨੇ। ਮੇਰੇ ਇਮਾਮ ਫਰਮਾਉਂਦੇ ਨੇ, ਬਿਸਮਿਲ੍ਲਾ ਬਿਸਮਿਲ੍ਲਾ ਕਰਾਂ, ਹਾਂ ਸੜੇ ਦਾ ਹਿੱਕੂ ਆ ਤੇ ਵਹਿੰਦੇ ਡੋਹੇ ਆਏ। ਕੋਈ ਪਿਓ ਪੁੱਤਰਾਂ ਦਾ ਪਿਆਰ ਇਤਨਾ ਖਾ ਜਿਹਦੇ ਪਿਓ ਵੰਜੇ ਆ। ਮੇਰੇ ਇਮਾਮ ਫਰਮਾਉਂਦੇ ਨੇ, ਕਿਉਂ ਸੜੇ ਆਈ ਇਹ ਕਮੀਨਾ? ਡੇਗਤਾ ਦਾ ਸੱਜਾਦ ਜਿਹੜੀ ਸ਼ਾਮ ਦੇ ਜ਼ਿੰਦਾਨ ਵਿੱਚ ਬੱਚੀ ਬਾਬਾ ਬਾਬਾ ਕਰਕੇ ਰੋਂਦੀ, ਤੇਰੀ ਕਿਆ ਲੱਗਦੀ ਹੈ? ਸੱਯਦ ਆਖਦਾ, ਮੈਂ ਗਰੀਬ ਦੀ ਭੈਣ ਹੈ, ਅਤੇ ਮੇਰੇ ਸਿਪਾਹੀਆਂ ਕੋ ਸੰਭਣ ਨਹੀਂ ਦਿੰਦੀ, ਏਡੇ ਦੁੱਖੇ ਵਹਿਣ ਕਰਦੀ ਹੈ, ਸ਼ਾਮ ਦੀਆਂ ਦੀਵਾਰਾਂ ਹਲਵੈਂਦੀਆਂ, ਮੈਨੂੰ ਰਈਅਤ ਬਹੁ ਪਿਆਰੀ ਹੈ। ਜਦੋਂ ਇਸ ਕੁੱਤੇ ਆਖਣ ਨੇ ਮੈਨੂੰ ਰਈਅਤ ਬਹੁ ਪਿਆਰੀ ਹੈ, ਸੱਜਾਦ ਦੀ ਰਾਤ ਵੱਧ ਪਈ। ਰੋ ਕੇ ਫਰਮਾਇਦੇ ਨੇ, ਤੈਨੂੰ ਰਈਅਤ ਬਹੁ ਪਿਆਰੀ ਹੈ, ਮੈਨੂੰ ਭੈਣ ਨਹੀਂ ਪਿਆਰੀ। ਬਿਸਮਿਲ੍ਲਾ, ਮੈਂ ਬਿਸਮਿਲ੍ਲਾ ਕਰ। ਇਹ ਆਦਾ ਹਾਕਮ ਦਾ ਇੱਕ ਹੁਕਮ, ਸੱਯਦ ਆਦਾ ਬਾਬੇ ਦਾ ਸਰ ਮਿਲ ਵਣੇ, ਮੈਂ ਤੇਰੇ ਨਾਲ ਵਾਅਦਾ ਪਿਆ ਕਰੇ ਨਾ, ਵਤ ਮੇਰੀ ਭੈਣ ਨਰੋ ਸੀ। ਇਹ ਆਦਾ ਸੱਜਾਦ ਵਾਅਦਾ ਹੋਇਆ ਨਰੋ ਸੀ, ਸੱਯਦ ਆਦਾ ਹੋ ਸੀ। ਬਸ ਇਹੋ ਕੁਝ ਮੈਂ ਪੜ੍ਹਨਾ, ਬਿਸਮਿਲ੍ਲਾ। ਸੱਯਦ ਆਦਾ ਹੋ ਸੀ ਤਰੋ ਸੀ, ਬਿਸਮਿਲ੍ਲਾ ਕਰਾਂ। ਸੱਯਦ ਆਦਾ ਹੋ ਸੀ ਤਰੋ ਸੀ। ਇਸ ਕਮੀਨੇ ਸਿਪਾਹੀ ਨੂੰ ਹੁਕਮ ਦਿੱਤਾ ਹੈ, ਵੰਜ ਹੁਸੈਨ ਦਾ ਸਰ ਚਾ ਕੇ ਖਿੰਨਾ। ਸਿਪਾਹੀ ਸਰ ਚਾ ਕੇ ਟੁਰਿਆ, ਮੇਰੇ ਇਮਾਮ ਵਾਪਸ ਵੱਲੇ, ਮੇਰੀ ਸੈਣਾ ਦੀ ਸੱਜਾਦ ਬਚੜਾ ਕਿਆ ਬਣੀ ਆਈ? ਸੱਯਦ ਆਦਾ ਫੁੱਫੀ ਅੰਮਾ, ਮੈਂ ਆਧਰਾ ਨਾਮ ਜੋ ਮਾਸੂਮਾ ਨੂੰ ਉੱਚੇ ਵਹਿਣ ਨ ਕਰਨ ਡਿਆ, ਦੁਸ਼ਮਣ ਦੀ ਨਗਰੀ ਏ, ਜ਼ਾਲਿਮ ਆਦਾ ਭੈਣ ਨੂੰ ਚੁੱਪ ਕਰਾ। ਤੈਂ ਕੀ ਜਵਾਬ ਦਿੱਤਾ? ਮੈਂ ਆਖੇ ਬਾਬੇ ਦਾ ਸਰ ਮਿਲ ਵਜੇ, ਵਰਤ ਮੇਰੀ ਭੈਣ ਨਰੋ ਸੀ। ਇਹ ਗੱਲ ਕਹਿ ਸੁਣੀ ਭਾਈ ਜਾਨ ਅਸਗਰ ਦੀ, 4 ਸਾਲਾਂ ਦੀ ਭੈਣ, ਇੰਝ ਆਈ ਹੈ ਜਿਵੇਂ ਝਿੱਕ ਦੋ ਪਾਣੀ ਆਉਂਦਾ। ਵਿਰਾਹ ਦੇ ਜ਼ੰਜੀਰ ਚੁੰਮਕੇ ਪਿਆ ਦੀ ਹੈ, ਸੱਜਾਦ ਵੀਰ ਸ਼ਾਲਾ ਬਾਕਰ ਦੇ ਲੱਖੋ ਨਹੀਂ। ਖਾਨ ਜੀ, ਭੈਣਾਂ ਜਿਹੜੀਆਂ ਔਖੀਆਂ ਹੋਵੇ, ਵਿਰਾਹਾਂ ਦੇ ਹੱਕ ਦੁਆ ਕਰਦੀਆਂ, ਸੱਜਾਦ ਵੀਰ ਸ਼ਾਲਾ ਬਾਕਰ ਨੂੰ ਸਿਹਰੇ ਪਾਵੇਂ। ਬਿਸਮਿਲ੍ਲਾ ਬਿਸਮਿਲ੍ਲਾ, ਮੈਂ ਨੌਕਰਾਂ। ਸੱਜਾਦ ਵੀਰ ਸ਼ਾਲਾ ਬਾਕਰ ਨੂੰ ਸਿਹਰੇ ਪਾਵੇਂ। ਮੈਂ ਆ ਇਮਾਮ ਦੀ ਧੀ, ਮੈਂ ਆ ਇਮਾਮ ਦੀ ਭੈਣ, ਮੈਂ ਜਾਣਦੀ ਹਾਂ ਬਾਬਾ ਮੈਨੂੰ ਮਿਲਣ ਵਾਸਤੇ ਆਉਂਦਾ ਪਿਆ, ਅਤੇ ਜਦਣ ਮੈਂ ਬਾਬੇ ਨੂੰ ਮਿਲਣਾ ਹੈ ਵਤ ਮੈਂ ਜੀਂਦਾ, ਕੋਈ ਨਹੀਂ ਬਲਣਾ। ਸੱਜਾਦ ਵੀਰ, ਅਗਰ ਤੇਰੀ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਉਜੜ ਗਈਆਂ ਦਾ ਆਖਰੀ ਸਲਾਮ ਕਰ ਲਈ। ਆਇਓ ਮੇਰਾ ਅੱਲਾ, ਆਇਓ ਮੇਰਾ ਅੱਲਾ, ਬਸ ਇਹੋ ਕੁਝ ਮੈਂ ਪੜ੍ਹਨਾ। ਤੇਰੀ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਉਜੜ ਗਈਆਂ ਦਾ ਆਖਰੀ ਸਲਾਮ ਕਰ ਲਈ। ਪਹਿਲੇ ਪਹਿਲਾਂ ਉਠਾਈਏ ਜਿੱਥੇ ਮਾਂ ਧੁੱਪ 'ਤੇ ਬੈਠੀ ਆ, ਮਾਂ ਤੋਂ ਡੇਗ ਤਿਆ ਦੀ ਅੰਮਾ ਸਕੀਨਾ ਦਾ ਛੇਕੜੀ ਸਲਾਮ ਹੋਵੇ। ਭਲਾ ਵੀ ਹਾਏ ਕਰ ਛੋੜੋ ਯਾਰ, ਅੰਮਾ ਮੈਂ ਬਾਬੇ ਨੂੰ ਮਿਲਣ ਪਈ ਬਹਿਣੀ ਆ, ਮੈਂ ਜੀਂਦਾ ਕੋਈ ਨਹੀਂ ਵੱਲਣਾ। ਰੋ ਰੋ ਕੇ ਪਈ ਆਦੀ ਅੰਮਾ, ਕਢਾਂ ਤੇਰੀਆਂ ਕੈਦਾਂ ਛੁੱਟੇ ਅਤੇ ਕਰਬਲਾ ਵੰਜੇ, ਅਤੇ ਛੋਟੇ ਪੁੱਤਰ ਅਸਗਰ ਦੀ ਕਬਰ ਲੱਭ ਪਵੀ, ਮੇਰੀ ਤਰਫੋਂ ਪਾਣੀ ਦਾ ਠੰਡਾ ਮਸ਼ਕੀ ਦਾ ਭਰ ਕੇ ਅਸਗਰ ਦੀ ਕਬਰ ਤੇ ਰੱਖ ਛੋੜੇ। ਆਖੇ ਅਸਗਰ ਭੈਣ ਸਲਾਮ। ਅਲਮਾਨ ਅਲਮਾਨ ਅਲਮਾ, ਭਲਾ ਵੀ ਮਾਤਮ ਕਰਨ ਵਾਲਾ। ਬਿਸਮਿਲ੍ਲਾ, ਮੈਂ ਨੌਕਰਾਂ। ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ। ਠੰਡਾ ਮਸ਼ਕੀ ਦਾ ਭਰ ਕੇ ਅਸਗਰ ਦੀ ਕਬਰ ਤੇ ਰੱਖ ਛੋੜੇ। ਆਖੇ ਅਸਗਰ ਭੈਣ ਸਲਾਮ ਲੈਂਦੀ ਆਵੀ, ਤੇਰੇ ਬਾਅਦ ਨਾ ਨਿੰਦਰ ਆਈ ਹੈ ਨਾ ਠੰਡਾ ਪਾਣੀ ਮਿਲਿਆ ਹੈ। ਮਾਂ ਦੀ ਝੋਲੀ ਛੋੜੀਏ, ਇਸ ਵਕਤ ਫੁੱਫੀ ਦੇ ਕੋਲ ਆਈਏ, ਫੁੱਫੀ ਤੋਂ ਡੇਗ ਕਰੀਏ, ਫੁੱਫੀ ਅੰਮਾ ਸਕੀਨਾ ਦਾ ਆਖਰੀ ਸਲਾਮ ਆਵੀ।
अम्मा मैं बाबे नो मिलन पई वे नी आ मैं जींदा कोई नहीं वल्ला हुसैन दी धी रो रो के पिया दी फूफी अम्मा कड़ा तेरिया कैदा छुटे मदीने वने ओ भी जींदी वदी होवे जन तुरदे उठ तू फिरा लहा लिया मेरे सलाम वैने वे आखे अकबर दी भैन चंगा कीता हाया उठाई टिक पई है ना नाल आईए ना बाबे नो तेरा गरबा ना मैं बिस्मिल्लाह कर फुप्पी दी झोली छोड़िए भिरा दे कोल आइए आदि सजाद वीर हुण मैं बाबा मिला सैयद आदा मासूमा भेण सारे को मिली आदि नहीं सजाद वीर आलिया फुप्पी नो मिलिया अम्मा रबाब को मिलिया सैयद आदा बइया कुछ ना नहीं लगदिया आदि लगदिया तहां मैं तई वास्ते जल्दी कीती है मत मैं को देर हो वने एक कमीना तड़ी कण ते ताजियाने ना मारे सजाद अपनी कण तू कपड़ा चाहे सैयद दे भेण मन मरें दिन तमारण दे तू इन्ह को मिला बीबिया दिया सजाद वीर मैं हाँ तेरी मुशीर भेण मैं तन मशुरा देनी अमल तू चकर आज मैंने इन चा जिमें मैंने बाबा चाहता जेड़े धिया शरीफ लोग बैठे बिस्मिल्ला बिस्मिल्ला मैं खरा आज मैंने इन चा जिमें मैंने बाबा चाहता सजाद अपनी भेण को वत्थन ते चाया है बीबी आदि तू इना दरू कांड कर मेरा मोह कर सजाद कांड कीती है सकीना निके निके हाथ मत्थे ते रखे रो रो के पया दिए मेरी मामा मेरी भेण मेरी फूफिया मेरिया भर जाइए दरबार च जिंदाने अगर मेरे कोल कोई तकलीफ हो जावे गरीब दी धी समझ के माफी दे मैं आज बाबे नू मिलन पईवे दिए मैं जींदा कोई नहीं सदके 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 शाला हुसैन दी धी राजी बनी मैं नौकरा निक निकी आत मत्थे ते राख ते पया दिया मेरिया मामा मेरिया भेणी मेरिया फूफिया मेरिया भरजाइया दरबार च जिंदा होने चगर मेरे कोल कोई तकलीफ होई होवे गरीब दी धी समझ के माफी दे मैं अज बाबे नू मिलन पई वेंदिया मैं जींदा कोई नहीं वल बीबी आदी सजा हुण मैं बाबा मिला तुहाडा कोई पत्थर दा जिगर ते नहीं मुद्दा दे बाद सजा दे हथां ते प्यो दा सहारा आए भाई जान गरीब दी केड़ी हालत है सजे दियां जुल्फां खबे खबे दियां सजे आबरू कटियो है रुखसार जख्मी है सैयदा दे सकीना जाग बाबा मिलन आई आदिया सजाद आज मैं बाबे दा उधार लहनिया खड़ा मैं प्यू दे सीने ते समदिया है आज मैं मिट्टी ते समदिया मेरे प्यू लुआक मेरे सीने ते समवले हुसैन दीदी भाई जान मिट्टी ते सुती है प्यू दे सार सीने ते राख ते पया दिए बाबा तेरिया रंगा कै कटिया ना हायो मेरा अल्लाह हायो मेरा अल्लाह बिस्मिल्लाह बिस्मिल्लाह नौकरा आदि बैठिए बाबा तेरिया रंगा कै कटिया ना आदि बैठिए बाबा मन घोड़िया नाल भजे दे रहे आदि बैठिए बाबा तेरी दाढ़ी च खून कै मले आया आदि बैठिए बाबा ये सतैन मारे आए उस मैन बहु मारे आए उच्चारू लिए हुसैन दीदी रो रो के पया दिए रुखसार गवा हेन दी तेरी दे जेड़े शामिया जुला मातम रुखसार गवा ये बड़ी है करबला ये बड़ी है करबला बिस्मिल्लाह हौसला हौसला रुख सार गवा हेन दी तेरी दे जेड़े शामिया जुला मकमाए पहले दौर लाए वात चादर लुटिया वाल खेमे आड़ जलाए चाचा मई में पड़दौना प्यो धीदा अजी मुखदार प्यो धीदा भाईजान अजी मुखदार
ਕਰਬਲਾ ਦੇ ਮੈਦਾਨੇ ਜਦਣ ਦੀ ਪਿਓ ਨੂੰ ਮਿਲਣ ਗਈ ਆਈ ਤਾਂ ਪਿਓ ਦੀ ਮੁੱਕ ਗਈ ਜਦਣ ਸ਼ਾਮ ਦੇ ਜ਼ਿੰਦਾਨ ਚ ਬਾਬਾ ਦੀ ਨੂੰ ਮਿਲਣ ਆਇਆ ਦੀ ਮੁੱਕ ਗਈ ਰੋ ਰੋ ਕੇ ਪਿਆ ਦੀਏ ਅਲੀ ਅਕਬਰ ਦੀ ਵੋ ਜਾਗੀ ਮਾਤਮ ਸੋਹਣਾ ਲੱਗਦਾ ਯਾਰ ਬਿਸਮਿਲ੍ਲਾ ਬਿਸਮਿਲ੍ਲਾ ਮੈਂ ਹਜ਼ਾਰ ਦਫ਼ਾ ਖਾਂ ਅਲੀ ਅਕਬਰ ਦੀ ਜਾਗੀਰ ਦੇ ਵਿੱਚ ਮੈਨੂੰ ਸ਼ਿਮਰ ਤਮਾਚੇ ਮਾਰੇ ਮੈਂ ਲਾਸ਼ ਤੜੀ ਬਿਸਮਿਲ੍ਲਾ ਜਵਾਨੀ ਰਜਮਾਣੇ ਸ਼ਾਲਾ ਭੈਣਾ ਨਸੀਬ ਹੋਵੇ ਹਾਏ ਕਰਕੇ ਰੋਵਣ ਵਾਲਾ ਬਿਸਮਿਲ੍ਲਾ ਕਰਾਂ ਹੁਸੈਨ ਦੀ ਧੀ ਇਹੋ ਜਿਹਾ ਵਹਿਣ ਕੀਤਾ ਯਾਰਾਂ ਬੀਬੀਆਂ ਦੀਆਂ ਤਲੀਆਂ ਜ਼ਮੀਨ ਤੇ ਵਜ ਲੱਗੀਆਂ ਰੋ ਰੋ ਕੇ ਪਿਆ ਦੀਏ ਬਾਬਾ ਮੈਂ ਲੋੜੇ ਮੈਂ ਬੁੱਢੜੀ ਥੀ ਗਈ ਹੈ ਅਦੀ ਬੈਠੀ ਮੇਰੇ ਦੇਖ ਮੇਰੀ ਕਮਰ ਝੁਕ ਗਈ ਹੈ ਇਹੋ ਵੈਣ ਮੁੱਖ ਸਜਾਦ ਨਬਜ਼ ਤੇ ਹੱਥ ਲਾਇਆ ਹੈ ਇੰਨਾ ਲੀਲਾ ਹੈ ਵਈ ਨਾ ਲਹਿਰਾਜ ਸਯਦਾ ਦੇ ਬਾਕਰ ਬਚੜਾ ਬਾਜਾ ਮੇਰੀ ਸਫ ਸ਼ਾਬਾਸ਼ 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 ਬਿਸਮਿਲ੍ਲਾ ਹੋ ਗਈ ਮੇਰੇ ਹਿੱਸੇ ਦੀ ਮੁਕਾਨ ਮੈਂ ਜਿਹੜਾ ਕੁਝ ਪੜ੍ਹਨਾ ਪੜ੍ਹ ਚੁੱਕਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਸਯਦਾ ਤੁਹਾਡਾ ਮਹਿਮਾਨ ਆ ਮਜ਼ਲੂਮ ਦਾ ਜ਼ਾਕਿਰ ਆ ਮੈਂ ਹੱਥ ਬੱਧੀ ਕਲਾਂ ਮੇਰੇ ਬੱਧੇ ਹੱਥਾਂ ਦਾ ਵਾਸਤਾ ਨੇ ਅਗਰ ਆਪਣੇ ਆਪ ਨੂੰ ਸ਼ੀਆ ਸੜਵੈਨਾ ਅਗਰ ਆਪਣੇ ਆਪ ਨੂੰ ਆਜ਼ਾਦਾਰ ਸੜਵੈਂਦਾ ਹੈ ਤਾਂ ਜ਼ਿੰਦਗੀ ਸ਼ਰਾਬ ਨਾ ਪੀਵੇ ਬਾਕਰ ਦਾ ਬਾਬਾ ਦਾ ਸ਼ਰਾਬ ਮੈਨੂੰ ਵੱਡੀ ਤਕਲੀਫ ਦਿੱਤੀ ਹੈ ਸਯਦਾ ਦੇ ਚਾਰ ਘੰਟੇ ਮੈਂ ਭੈਣ ਦੇ ਗੁਸਲ ਵਾਸਤੇ ਪਾਣੀ ਮੰਗਦਾ ਰਹੀ ਹੈ ਇਹ ਜ਼ਾਲਿਮ ਸ਼ਰਾਬ ਪੀਂਦਾ ਰਹੀ ਹੈ ਮਯਾਦਾ ਰਹੀ ਹੈ ਜ਼ਾਲਿਮਾ ਮੇਰੀ ਭੈਣ ਮਰ ਗਈ ਆ ਤੁਹਾਡਾ ਕੋਈ ਪੱਥਰ ਦਾ ਜਿਗਰ ਤਾਂ ਨਹੀਂ ਆ ਬਾਬਾ ਜੀ ਸ਼ਾਮ ਦੀ ਇੱਕ ਵਸਦੀ ਔਰਤ ਆ ਜਲਦੀ ਦੇ ਨਾਲ ਤੁਰੀਏ ਯਜ਼ੀਦ ਦੇ ਕੋਲ ਆਈਏ ਆਦੀਏ ਜ਼ਾਲਿਮਾ ਸ਼ਾਲਾ ਬਚੜੇ ਮਰਨੀ ਆ ਅੱਗੇ ਹੁਸੈਨ ਦੇ ਪੁੱਤਰ ਮਰਦੇ ਰਹੇ ਹੁਣ ਹੁਸੈਨ ਦੀਆਂ ਧੀਆਂ ਹੀ ਮਰਨ ਲੱਗ ਪਈਆਂ ਪਾਣੀ ਦੇ ਜਦਣ ਪਾਣੀ ਦਾ ਨਾਮ ਆਇਆ ਹੈ ਅਸਗਰ ਦੀ ਭੈਣ ਦਾ ਮਈਆ ਤਾਂ ਹਲ ਗਈ ਆਏ ਰੋ ਰੋ ਕੇ ਪਿਆ ਦੀਏ ਨਾ ਮੰਗ ਪਾਣੀ ਵੋ ਸਜਾਦ ਫੇਰਾ ਸਾਡਾ ਪੁਰਸਾ ਨਾ ਮੰਗ ਪਾਣੀ ਵੋ ਸਜਾਦ ਫੇਰਾ ਨਾ ਅਸਗਰ ਯਾਰ ਦੜਵਾਏ ਮੈਂ ਇੱਕ ਘੁੱਟ ਮੰਗਿਆ ਹਾਂ ਵੋ ਪਾਣੀ ਬੈਠੀ ਵੀਰ ਸਗੀ ਅੱਛਾ ਪੜ ਛੋੜਾਂ ਬਾਬਾ ਜੀ ਹੇ ਇਜਾਜ਼ਤ ਤੁਹਾਡੇ ਕੋਲ ਪੁੱਛਦਾ ਗੁਸਲ ਤੋਂ ਬਾਅਦ ਕਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਬੋਲੋ ਕਫਨ ਇਹ ਆਮ ਜਨਾਜ਼ਾ ਨਹੀਂ ਇਹ ਜੰਨਤ ਦੇ ਨਵਾਬ ਦੀ ਧੀ ਦਾ ਜਨਾਜ਼ਾ ਉਹ ਮਹਿਲਾ ਚੋਲਾ ਜਵਾਨੀ ਨਸੀਬ ਹੋਈ ਖੜੀਆਂ ਦੇ ਹੱਥਾਂ ਤੇ ਭੈਣ ਦਾ ਮਈ ਅੱਛਾ ਹੈ ਲੋਕ ਪੁੱਛਿਆ ਕੌਣ ਹੈ ਕਿੱਥੋਂ ਦਾ ਵਸਲਾ ਹੈ ਸਯਦਾ ਹੈ ਮੈਂ ਕੋ ਲੋਗੋ ਮੈਂ ਕੋ ਲੋਗੋ ਬਿਸਮਿਲ੍ਲਾ ਭਲਾ ਵੇ ਧੀਆਂ ਦੇ ਪਰਦੇ ਆਉਣੇ ਆ ਮੈਂ ਕੋ ਲੋਗੋ ਸਜਾਦਾ ਦਿਲੇ ਮੈਂ ਮੋਈ ਹੋਈ ਭੈ ਚਾਚਾ ਮੈਨੂੰ ਯਕੀਨ ਹੋ ਗਿਆ ਜੋ ਪਰਦੇ ਦੇ ਅੰਦਰ ਮਾਸੂਮਾਂ ਦੀ ਮਾਂ ਮੁਕਾਨ ਝਲਕ ਬਿਸਮਿਲ੍ਲਾ ਬਿਸਮਿਲ੍ਲਾ ਮੈਂ ਕੋ ਲੋਗੋ ਸਜਾਦਾ ਦਿਲੇ ਮੈਂ ਮੋਈ ਹੋਈ ਭੈ ਚਾਈ ਵੈਂਦਾ ਇਹ ਗੱਡੜੀ ਨਹੀਂ ਜਨਾਜ਼ਾ ਹੈ ਮੈਂ ਹਾਂ ਦੇਣਾ ਬਿਸਮਿਲ੍ਲਾ ਕਰਾਂ ਅੱਛਾ ਮੈਂ ਹਜ਼ਾਰ ਦਫ਼ਾ ਖਾਂ ਬਿਸਮਿਲ੍ਲਾ ਕਰਾਂ ਕਿਆਮਤ ਰੋਂਦੇ ਰਹੀਏ ਕਿਆਮਤ ਰੋਂਦੇ ਰਹੀਏ ਬਾਬਾ ਜੀ ਸਕੀਨਾ ਦੀ ਇੱਕ ਝਿਣਕ ਦੀ ਮੁੱਲ ਨਹੀਂ ਆ ਕੌਣ ਕਿੱਥੋਂ ਦਾ ਵਸਦਾ ਹੈ ਸੱਜਾ ਦੀ ਰਾਤ ਵਧੀ ਆ ਰੋ ਰੋ ਕੇ ਪਿਆ ਦਿਨ ਮੁਸਾਫਿਰ
मदीने दा मैथे इतनी गरीबी है कफन दी जा मासूमा को चोला। वाह भाई वाह, वाह भाई वाह, ये बड़ी है करबला। बिस्मिल्लाह बिस्मिल्लाह, मैं नौकर मैं हजार दफा खा मुसाफिर सरदपुर सदियो मुसाफिर मदीने दा मैं थे इतनी गरीबी है कफन दी जा मासूम को चोला। बाबा जी वैन ओ पकरे ना जिससे हुसैन दी धीरी मोहर लगी हुई है। मैं जिस मकाम ते पड़िया मेरे हिस्से दिया मजल समुक गई कयामत तई रोंदे रविए सकीना दी एक झिणक दई मोल नहीं जवानी नसीब होवी शाला बहना नसीब होवे। बिस्मिल्लाह करा बाकर दे बाबे दी रात वधी आ रो रो के पया देन कोई कैदी जे मर वले उदे जेवर लाए वेंदना मैं रसिया ना लो भेड़ पुण अपने दुख कदा न रोवे कोई कैदी जे मर वले उदे जेवर लाए वेंदना हाय मैं रसिया ना लो भेड़ अपनी मैं नौकरा मैं नौकरा कोई कैदी वैन करके रोवो इन रोवो जिवें मासूम दे जनाजे ते थुफियां वैन कीते बिस्मिल्ला बिस्मिल्ला कोई कैदी जे मर वले उदे जेवर लाए वेंदना हाय मैं रसिया ना लो भेड़ अपनी बिस्मिल्लाह करा अगर थोड़ी तबीयत जुड़ गई है ता एक मंजिल होर वधा। अच्छा यो वेंद करा कोई कैदी जे मर वले उदे जेवर लाए वेंदना मैं रसिया ना लो भेड़ अपनी बिस्मिल्लाह करा। चाचा जिंदगी दा कोई पता नहीं अगर थोड़ी तबीयत जुड़ गई है ता एक मंजिल होर वधा सजा दी रात वधीए आसमान दे पासे बाकर दे बाबे डिठा है रो रो के प्याद है खुदा वंदा गवार वे रहिए डर दी ए शिमरे तू मता मैया तो कुआ भर। अच्छा बिस्मिल्लाह करा मैं हजार दफा खा बिस्मिल्लाह करा। अच्छा बिस्मिल्लाह करा जिंदगी दराज होवी शाला भैन नसीब होवे ओ मातमियो कड़ियां ले हथ ते भैन दा मैया जायस भैयान यारवीं गली दा मोड़ वलदे पयान दो छोटियां छोटियां बच्चियां आदिया नी सजाद कौन मर गई आई सयादा दे मैं गरीब दी भैन मर गई आदिया नी सजाद भैन दा मैया ते थाई राख असा अपनिया मावा को सदी हमाए एक औरत अगे वाद के आदि है सजाद मैंने भैन दा मुंह दिखा सजाद मुंह तो कपड़ा हटाया है औरत मुंह ते मातम करके आ दिया सजाद इंदी मां मर गई है यजीनी है सजाद दा वखरा धोप ते रोंदी बैठी है औरत टुरदी होई मड़ी सैन रबाब दे कोल आई है आ दिया मैंने एडसा तन दी प्यारी कोई नाई मेरी सेना दी जग तू वखरी प्यारी आई औरत दी प्यारी ओ भी आ तवद धी दा इलाज कराया मेरी सेना दी मेरी धी बीमार त कोई नाई
आरिये बीमार नाई तवत चेरे ते नीले दाग के आयल आदिये तमाचे झले दी रही है मुसाफराले कब्रिस्तान च घिनाया है भाई जान तेरी जवानी दी कसम है खट्टी खटाई कबर मिलिया औखे वेले सजन याद आंदे सजा दी आवाज आइए तोड़े कोई ताओ पास नाल आवाज आइए सजा भैन दा मैया तो मन जे सजा दा धकौने आलू आलू आवाज आइए मैं अखबारा रो रो के प्यादा हे भी थकी ओ ईशा मुझे सफरा दी इन भैन दा मैया तू उठावे ना जख्म दुखेले मौला करीम तोड़े आंसू मंजूर और मकबूल फरमावे सिवाय गमे हुसैन